ਇੱਜੇ ਇੱਜੇ ਗੱਲ ਹਲੋ ਹਲੋ ਤੇ ਜੀ ਭਾਈ ਸਾਹਿਬ ਸਾਡੇ ਰਾਜਾ ਸਾਹਿਬ ਨੇ ਸਪੇਨ ਤੋਂ ਆਏ ਨੇ ਵਾਹ ਜੀ ਵਾਹ ਇਹ ਤੋਂ ਅਸੀਂ ਜਿਆ ਜੋਨਾ ਦੀ ਵਾਪਸ ਅਸੀਂ ਮਾਲਾ ਚਲੋ ਤੁਸੀਂ ਆ ਜਾਓ ਤੇ ਫੇਰ ਖੁਲਾਕਾਰ ਹੋ ਜੀ ਨਾ ਵੇਖੋ ਜੀ ਮੈਂ ਬਚਪਨ ਤੋਂ ਹੀ ਮੈਨੂੰ ਸ਼ੌਕ ਸੀ ਜੀ ਆ ਬੋਲਣੇ ਦਾ ਹੂੰ ਉਦੋਂ ਤਾਂ ਸਾਦਾ ਕੰਮ ਸੀ ਨਾ ਖੂਮਾਂ ਦੀਆਂ ਵਾਈਆਂ ਤੇ ਆ ਬੈਕਾਂ ਵਿੱਚ ਬਹਿਣਾ ਖਲੋਣਾ ਮਾਇਸ਼ਾ ਇਹ ਪੇ ਆਖਣੇ ਆਪਣਾ ਦਿਲ ਚਲੋ ਰਾਜ਼ੀ ਕਰ ਲੈਣਾ ਆ ਤੇ ਜਿਉਂ ਫਿਰ ਬੰਦਾ ਬੰਦਾ ਵਾਦਾ ਗਿਆ ਫਿਰ ਬੰਦਾ ਆਂਬੇ ਲਾਂਬੇ ਨੇ ਕਿਹਾ ਜੁੱਟਾਂ ਚ ਰਹਿ ਰਿਆ ਤੇ ਮੈਨੂੰ ਬੜੇ ਹੀ ਬੰਦੇ ਆਖਿਆ ਅਕਸਰ ਜਿੰਨੇ ਗਾਉਣ ਵਾਲੇ ਨੇ ਸਭ ਨਸ਼ਾ ਕਰਕੇ ਗਾਉਂਦੇ ਹਾਂਜੀ ਬਿਲਕੁਲ ਤੁਹਾਡੀ ਗੱਲ ਕੋਈ ਸੋਚ ਹੋਵੇਗਾ ਜਿਹੜਾ ਬੱਚਾ ਹੋਵੇਗਾ ਮੈਨੂੰ ਇਹਨਾਂ ਆਖਿਆ ਨਾ ਕਿ ਜੀ ਆਹ ਕੋਟ ਲਾਇਆ ਆਵਾਜ਼ ਚੰਗਾ ਲੱਗਦਾ ਸੁਟਾ ਲਾਇਆ ਮੈਂ ਕਿਹਾ ਯਾਰ ਮੈਂ ਕੁਝ ਵੀ ਨਹੀਂ ਕਰਨਾ ਜੇ ਆਵਾਜ਼ ਮੇਰਾ ਇਸੇ ਤਰ੍ਹਾਂ ਰਹਿਣਾ ਤੇ ਰਿਆ ਰਹਿਣਾ ਜੇ ਖਰਾਬ ਹੋਣਾ ਤੇ ਖਰਾਬ ਹੋ ਜਾਣਾ ਹਾਂਜੀ ਹਾਂਜੀ ਆ ਮੈਂ ਨਹੀਂ ਇਹ ਕੰਮ ਮੈਂ ਨਹੀਂ ਕਰਨਾ ਤੂੰ ਮਾਲਕ ਨੇ ਆਵਾਜ਼ ਰੱਖਿਆ ਜਿਹੜੇ ਲਾ ਕੇ ਜਿਹੜੇ ਲਾ ਕੇ ਭੀਕ ਬਾਜ਼ ਲਾਦੇ ਉਹਨਾਂ ਦੇ ਆਵਾਜ਼ ਖਤਮ ਹੋ ਗਏ ਨੇ ਉਹਨਾਂ ਦੇ ਖਤਮ ਹੋ ਗਏ ਨੇ ਹਾਂ ਤੇ ਸਾਡੇ ਉਹ ਬਾਹਲ ਨੇ ਇਹ ਅੱਜ ਇਰਜ਼ਾਕ ਦੇ ਬੈਠੇ ਆ ਗਏ ਨੇ ਮਹਿਮਾਨ ਹੋ ਰਹੇ ਤੇ ਆਪਣਾ ਭਾਈ ਲਿਆਕਤ ਫੋਨ ਤੇ ਚਲੋਕਣਾ ਕਰਦੇ ਹੁਣ ਇੱਕ ਸਾਲ ਤੋਂ ਗੱਲਾਂ ਬਾਤਾਂ ਹੁਣ ਇਹ ਤਾਰਫ਼ ਨਹੀਂ ਸੀ ਹੋਇਆ ਹਾਂਜੀ ਹਾਂਜੀ ਨਹੀਂ ਸੀ ਹੋਇਆ ਤੇ ਨਾਲ ਲਿਆਕਤ ਨਾਲ ਮਰ ਨਾਲ ਹਰਾਫਤ ਕੱਟ ਹੀ ਹੁੰਦਾ ਉਹ ਨਹੀਂ ਨਹੀਂ ਅਸੀਂ ਤਾਬਿਆਦਾਰ ਹਾਂ ਲੰਬੜ ਹੋਵੇ ਕੋਈ ਦੂਜਾ ਹੋਵੇ ਅਸੀਂ ਹਰ ਇੱਕ ਦੇ ਤਾਬਿਆਦਾਰ ਨਹੀਂ ਨਹੀਂ ਲੰਬੜ ਜਿਹੜੇ ਨੇ ਚਿਹਰਾ ਮੋਹਰਾ ਪਿੰਡ ਦਾ ਹੁੰਦੇ ਨੇ ਤੇ ਆਪਣਾ ਲਿਆਕਤ ਲੰਬੜਦਾਰ ਖੁਸ਼ਰਚੀ ਮਕਲੀ ਕਲੋਨੀ ਤੋਂ ਮੈਂ ਅੱਗੇ ਹਰਾ ਜਾਂਦਾ ਰਿਆਂ ਤੇ ਮੈਨੂੰ ਪਤਾ ਨਹੀਂ ਸੀ ਨਾਲ ਹੀ ਇਹਨਾਂ ਦਾ ਪਿੰਡ ਚਲੋ ਹੁਣ ਗਏ ਤੇ ਮੇ ਆਂਦੇ ਤੇ ਇਹ ਉਹਨਾਂ ਦਾ ਸਭ ਜ਼ਿਆਦਾ ਫੈਸਲ ਨਦੀਮ ਇਹ ਛੋਟਾ ਭਾਈ ਮਨੀਰ ਅਹਿਮਦ ਦੇ ਫੌਜ ਚ ਪੈਨਸ਼ਨ ਨਹੀਂ ਹੋ ਕੇ ਆਇਆ ਤੇ ਇਹ ਆਪਣਾ ਰਾਣਾ ਹੈ ਰਾਣਾ ਯਾਮੀ ਯਾਮੀਨ ਰਾਣਾ ਕਿ ਵੀ ਮੇਰਾ ਇੱਕ ਸੱਜਣਾ ਹੈ ਹੋਰ ਵੀ ਰਾਣੇ ਸੱਜਣਾ ਹੈ ਨੇ ਚਲੋ ਫਿਰ ਆਏ ਆ ਹੋਰ ਇੱਕ ਆ ਰ ਗਿਆ ਤੇ ਇਹ ਨਾ ਬੜੀ ਗੱਡੀ ਧੜਾਈ ਹੈ ਸਰਗੋਦੀੋਂ ਆਏ ਨੇ ਗਏ ਸਾ ਸਰਗੋਦ ਪਾਰਾਂ ਦੀ ਪਰਤ ਕੇ ਆਏ ਨੇ ਰਾਤੀ ਗਏ ਨੇ ਤੇ ਹੁਣ ਆ ਗਏ ਨੇ ਤੇ ਚਲੋ ਇਹਨਾਂ ਦੀ ਵੀ ਫਰਮਾਇਸ਼ ਆ ਜਾਂਦੀ ਏ ਉਹ ਜੋ ਭਾਈਆਂ ਦੀ ਫਰਮਾਇਸ਼ ਜਿਹੜੀ ਸੀ ਉਹ ਚੱਲਦੀ ਸੀ ਵੀ ਉਹਨਾਂ ਆਖਿਆ ਵੀ ਕੋਈ ਦਰਦ ਭੜੇ ਦੋ ਚਾਰ ਸ਼ੇਰ ਨਾ ਮੇ ਸਾਹ ਪਰ ਦੇ ਹੋ ਜਾਣ ਕਿਉਂਕਿ ਜਿਹਦੇ ਅੰਦਰ ਦਰਦ ਹੁੰਦਾ ਉਹ ਨੂੰ ਉਹ ਗੱਲ ਸਿਖਾਉਂਦੀ ਹੈ ਕੋਈ ਦਰਦ ਹੀ ਗੱਲ ਸਿਖਾਉਂਦੀ ਹੈ ਤੇ ਸਰਕਾਰ ਲਿਖਦੇ ਨੇ ਨਾਲੇ ਉਹਨਾਂ ਨੂੰ ਬਹੁਤ ਸਦਮਾ ਆਪਣੇ ਬੇਟੇ ਦਾ ਅੱਲਾਹ ਪਾਕ ਉਹਦਾ ਅੱਗੇ ਦਾ ਭਲਾ ਕਰੇ ਵੇਖੋ ਦੀ ਜ਼ਿੰਦਗੀ ਇੰਨੀ ਸੀ ਤੇ ਜੋ ਜਵਾਨ ਮਾਪਿਓ ਹੱਥਾਂ ਨਾਲ ਵਿਦਿਆ ਕਰਨ ਔਲਾਦ ਨੂੰ ਤੇ ਉਸ ਲਈਉ ਜੀਉਂਦੇ ਨਹੀਂ ਰਹਿੰਦੇ ਉਹ ਜੀਉਂਦੇ ਨਹੀਂ ਰਹਿੰਦੇ ਉਹ ਜੀਉਂਦੇ ਨਹੀਂ ਰਹਿੰਦੇ ਇਹਨਾਂ ਦਾ ਬੇਟਾ ਛੋਟਾ ਕਾਸ਼ਫ ਉਹ ਐਕਸੀਡੈਂਟ ਹੋ ਗਿਆ ਫੋਟੋ ਹੋ ਗਈ ਸੀ 19 ਸਾਲਾਂ ਦੀ ਇਹਨਾਂ ਲਾ ਤੇ ਆਪਣਾ ਭਾਈ ਜਵੇਦ ਦਾ ਬੇਟਾ ਕਾਸ਼ਫ ਵੀ ਐਕਸੀਡੈਂਟ ਦਾ ਵੇਖੋ ਜੀ ਅਗਲੇ ਜਿਹੜੇ ਉਹ ਰਾਣਾ ਮੇਰਾ ਯਾਰ ਹੈ ਤੇ ਉਹਨੇ ਆਉਣਾ ਸੀ ਫੈਸਲਾਬਾਦ ਤੋਂ ਤੇ ਉਹ ਬੱਚਾ ਨਾ ਇੰਗਲੈਂਡ ਦਾ ਵੀਜ਼ਾ ਸੀਦਾ ਉਹ ਕਾਗਜ਼ਾਤ ਠੀਕ ਕਰਵਾ ਕੇ ਤੇ ਹੁੰਦੇ ਸਨ ਪੇ ਮੋਟਰਵੇ ਤੇ ਹਦੋਂ ਤੇ ਗੱਡੀਆਂ ਦੀਆਂ ਸਪੀਡਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਜਿਸ ਵੇ ਨਨਕਾਣਾ ਸਾਹਿਬ ਦੇ ਕੋਲ ਆਏ ਨੇ ਤੇ ਟਰੱਕ ਜਿਹੜਾ ਸੀ 60 ਦੀ ਸਪੀਡ ਤੇ ਬਹਿ ਜਾਂਦਾ ਸੀ ਉਹ ਮੁੜੇ ਦੋਵੇਂ ਸਨ ਝੰਗ ਮੁੜੇ ਸਨ ਉਹ ਗੱਡੀ 120 ਦੀ ਸਪੀਡ ਤੇ ਸੀ ਓਵਰਟਾ ਕਰਨ ਲੱਗਿਆਂ ਚ ਹੋਇਆ ਨਹੀਂ ਗੱਡੀ ਥੱਲੇ ਵੜ ਗਈ। ਅੱਲਾ ਨੂੰ ਪਿਆਰਾ ਹੋ ਗਿਆ ਨਹੀਂ ਤੇ ਉਹਨੇ ਉਹ ਸ਼ਾਦੀ ਤੇ ਜ਼ਰੂਰ ਪਹੁੰਚਣਾ ਸੀ। ਮੈਂ ਕਿਹਾ ਚਲੋ ਵਾ ਮੈਨੂੰ ਕੋਈ ਸ਼ਿਕਵਾ ਗਿਲਾ ਨਹੀਂ। ਆਹ ਟਾਈਮ ਜਿਸ ਦਾ ਆ ਜਾਏ। ਜਿਸ ਦਾ ਟਾਈਮ ਆ ਜਾਏ। ਆ ਮੋਬਾਈਲ ਲੋ। ਉੱਤੇ ਜਾ ਕੇ ਖੇਡੋ। ਪੈਸੇ ਦੇਓ। ਪੈਸੇ ਤੇ ਦੁਕਾਨ ਕੋ ਨਹੀਂ ਨਾ। ਉੱਥੇ ਚੱਲ ਕੇ ਨਾ। ਅੱਛਾ। ਓਏ। ਕੀ ਦੁਨੀਆ ਯਾਰ ਹੈ। ਚਲੋ। ਉਰਾਓ ਫੇ। ਉਰਾ ਉਰਾ ਹੁੰਦੇ ਨੇ ਉਰਾ ਉਰਾ ਆਹ ਲਾਦੇ ਨੇ ਇੱਕ ਦਿਨ ਹੋਣਾ ਨਹੀਂ ਤੇ ਹੋਣਾ ਵੀ ਵੀ ਚਲੋ 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 ਗੁਜਰਦੇ ਹਾਂ ਗੁਜਰ ਕੇ ਲਈ ਆ ਗੁਜਰਾ ਵਾਹ ਯਾਰ ਹੈ ਨਾ ਨਦਾ ਆ ਜਾ ਆ ਗੁਜਰਾ ਚਲੋ ਯਾਰ ਹੈ ਫਿਰ ਚਲੋ ਓਨ ਟੋਰ ਚਲੋ ਨਾ ਆਵਿਓ ਵੇਹਲਾ ਗੁਜਰਾ ਦੇ ਦੁਆਰੇ ਨੋਨਾ ਯਾ कला हथ कॾहिं नुपदा ते हिकु दुज नू दरदा बाज मुहम्मद बख़शा उहो कौन कुसे न रो ते लमी रात जदाी ਤੇ ਹੁੰ ਦਿਸਾ ਵਰਿਆਂ ਦੀ ਕੌਣ ਲਿਆਵੇ ਖਬਰ ਮੁਹੰਮਦਾ ਉਹ ਸਜਣਾ ਦੂਰ ਗਿਆ ਦੀ ਕਾਂਡ ਦਿੱਤੀ ਜਾਦੀ ਯਾਰਾਂ ਦਿਲ ਦਾ ਚੈਨ ਸਕੂਨ ਟੁੱਟ ਜਾਏ ਤੇ ਫਿਰ ਉਹ ਵਸਤੀ ਜਿਹੜੀ ਉਹ ਬੰਦੇ ਨੂੰ ਆਉਂਦਾ ਜਾਂਦਾ ਕੁਝ ਨਹੀਂ ਭਾਵੇਂ ਕਿੰਨੇ ਵੀ ਹੋਣ ਉਹਦੇ ਬਾਅਦ ਫਰਕ ਕੋਈ ਗੱਲ ਨਹੀਂ ਤੇ ਸਰਕਾਰ ਲਿਖਦੇ ਨੇ ਉਹ ਡਿਗਰ ਟਲੀ ਤੇ ਸ਼ਮਾ ਪਿਆ ਉਹ ਸਭ ਨਸੀ ਕਰਾ ਨੂੰ ਆਏ ਓ ਨਹੀਂ ਆਏ ਫਿਰ ਮੁਹੰਮਦਾ ਓਮਤ ਜਿਨਾਂ ਨੂੰ ਲੈ ਜਾਏ ਤੇ জাফরਜ਼ਾਂਦੋ ਓ ਪਿਆਰੇ ਵਿਛੜਨੋਂ ਤੇ ਕੌਣ ਵੇ ਮੋੜ ਥੋੜਾ ਰੋਗਾ ਵਿੱਚੋਂ ਸਾਰ ਰੋਗ ਮੁਹਮਮਦ ਤੇ ਜਿਸ ਦਾ ਨਾਂ ਏ ਵਿਛੋੜਾ ਇਹ ਦੁਖ ਮੁਕਦਨ ਮੋਇਆ ਤੇ ਦੁਖੀਏ ਦੀ ਗੱਲ ਦੁਖੀ ਆਈ ਸੁਣਦਾ ਭਾਈ ਲੱਗ ਜਿਹੜਾ ਆਪੀ ਦੁਖੀ ਹੋਵੇ ਨਾ ਹਾਂਜੀ ਹਾਂਜੀ ਦੁਖੀਏ ਦੀ ਗੱਲ ਨੂੰ ਉਹ ਹੀ ਸਮਝਦਾ ਜਿਹੜਾ ਸੁਖੀਆ ਹੋਵੇ ਆਂਦਾ ਯਾਰ ਐਵੇਂ ਆਵਾਜ਼ਾਰੀ ਪਿਆ ਕਰਨਾ ਉਹ ਦੁਖੀਆ ਦੀ ਗੱਲ ਦੁਖੀ ਆਈ ਸੁਣਦਾ ਤੇ ਸੁਖੀਆਂ ਨੂੰ ਕੀ ਖਬਰਾਂ ਫਰਜ਼ੰਦ ਜਿਨਾਂ ਦੇ ਮੌਤ ਲਾ ਜਾਏ ਉਹ ਤੱਕ ਤੱਕ ਰੋਂਦੇ ਨੇ ਕਬਰਾਂ ਨਾ ਕਿਸੇ ਜਫੇ ਬਹੁਤਾ ਦਰਦ ਭਰਿਆ ਕਲਾਮ ਪੜਨਾ ਤੇ ਮੇਰੇ ਕੋ ਆਪਣੇ ਕੋਈ ਬੋਲਣ ਨਹੀਂ ਹੁੰਦਾ ਲੱਗਣਾ ਨਾ بولਣ ਨਹੀਂ ਹੁੰਦਾ ਨਹੀਂ ਹੁੰਦਾ ਠੀਕ ਹੁੰਦਾ ਬਿਲਕੁਲ ਸਹੀ ਤੋਹਾਨੇ ਵਾਜੇ ਸੀ ਪਤਾ ਪਤਾ ਪਿਆ ਲੱਗਦਾ ਪਤਾ ਲੱਗਦਾ ਤੇ ਟੁਰ ਗਏ ਸਜਣੋ ਜਦਾਈਆਂ ਦੇ ਕੇ ਤੇ ਕਰ ਗਏ ਛੇਕ ਵਿੱਚ سینے او ਜਿੰਨਾ ਬਾਜੂ ਇੱਕ ਪਲ ਨਹੀਂ ਸੀ ਲੰਗਦਾ ਤੇ ਹੁਣ ਗੁਜ਼ਰੇ ਸਾਲ ਮਹੀਨੇ ਮਾਲਾ ਕਪੜਾ ਸਾਬਣ ਥੋੜਾ ਉੱਤੇ ਕਿਚਵਾ ਮਲ ਮਲ ਧੋਵਾ ਸੀਨੇ ਅੰਦਰੋਂ ਦਾਗ ਸਜਣਦਾ ਤੇ ਯਾਦ ਆਵੇ ਤੇ ਰੋਵਾ ਤੇ ਲਾ ਫਿਰ ਯਾਦ ਆਵਾਲੇ ਰੱਬ ਦੇ ਇਹ ਮੀਆਂ ਸਾਹਿਬ ਰਿਆਂਦੇ ਨੇ ਜੀ ਜੀ ਕਿ ਜਦੋਂ ਮੈਤ ਨੂੰ ਚੋਕ ਕੇ ਟੁਰੀਏ ਨਾ ਜੀ ਤੇ ਉਹਦਾ ਰੂਹ ਕਬਜ਼ ਹੋਇਆ ਹੁੰਦਾ ਜਿਹਦੇ ਵਿੱਚ ਸਕਤ ਨਹੀਂ ਹੁੰਦੀ ਨਾ ਵੇਖਣੇ ਦੀ ਨਾ ਬੋਲਣੇ ਦੀ ਹਰਕਤ ਕਰਨੇ ਦੀ ਉਹ ਜੋ ਸਾਰੀਆਂ ਗੱਲਾਂ ਸੁਣਦਾ ਵਾਹ ਜੀ ਵਾਹ ਬਖਸ਼ਾ ਅੱਲਾਹ ਇਹ ਮੀਮਾ ਸਰਕਾਰ ਇਹ ਗੱਲ ਆਖੀ ਆਖੀ ਉਹਨਾਂ ਕਿਹਾ ਵੀ ਸਾਰੀਆਂ ਗੱਲਾਂ ਸੁਣਦਾ ਜਿਸ ਵੇ ਤੁਸੀਂ ਦਫਨਾ ਕੇ ਹੁੰਦੇ ਹੋ ਉਸ ਵੀ ਉਹਨੂੰ ਪਤਾ ਲੱਗਦਾ ਵੀ ਮੇਰਾ ਫਲਾਣਾ ਫਲਾਣਾ ਹੁਣ ਜਾ ਰਿਹਾ ਤੇ ਉਹਦੇ ਵਿੱਚ ਉਹ ਆਵਾਜ਼ ਆਉਂਦੀ ਹੈ ਕਿਹੜੀ ਓ ਨਾ ਫਿਰ ਸਜਣਾ ਆਵਾਲੇ ਰੱਬ ਦੇ ਤੇ ਮਿਲ ਲਾ ਜਾਂਦੀ ਵਾਰੀ ਇਸ ਮਿਲਣੇ ਨੂੰ ਫਿਰ ਸਿੱਖਦਾ ਰਸ ਓ ਬਾਕੀ ਉਮਰਾ ਸਾਰੀ ਕਿਉਂਕਿ ਉਹ ਫਿਰ ਚੀਜ਼ ਲੱਭਣੀ ਨਹੀਂ ਹੁੰਦੀ ਲੱਭਣੀ ਨਹੀਂ ਲੱਭਣੀ

ਅੱਜ ਰਵੇ ਮੁਹੰਮਦ ਤੇ ਅੱਜ ਰਵੇ ਤੇ ਮਨਾ ਫਿਰ ਅਗਲੇ ਰਹਿ ਨਹੀਂ ਦਿੰਦੇ ਉਹ ਕਿਵੇਂ ਰਵੇ ਉਹ ਨਹੀਂ ਫਿਰ ਜਾਂਦੀ ਵਾਰੀ ਦਾ ਸਰਕਾਰ ਸ਼ੇਰ ਲਿਖਿਆ ਉਹ ਜਿਸ ਘਰ ਵਿੱਚ ਤੂੰ ਉਮਰ ਤੇ ਫਿਰ ਨਾ ਕਿਸੇ ਨੂੰ ਲੈਣਾ ਆਸਤਾ ਆਸਤਾ ਭੁੱਲ ਜਾਂਦਾ ਉਸੇ ਵਕਤ ਜਿਸ ਵੇ ਦਫਨਾਈਏ ਤੇ ਆ ਬੇ ਰਾਜਤ ਆ ਉਹ ਨਾ ਨਹੀਂ ਫੇ ਕੋ ਬੋਲਦਾ ਫਿਰ ਮਈਤ ਹੁੰਦੀ ਏ ਤੇ ਫਿਰ ਆ ਜਿੰਨੇ ਉਹ ਸੋੜੇ ਪਏ ਨੇ ਫਲਾਣਿਆਂ ਵੀ ਜਾਣਾ ਫਲਾਣਿਆਂ ਜਾਣਾ ਰੋਟੀ ਟੁਕੜ ਖੋ ਚਲੋ ਫਿਰ ਬੰਦਾ ਦੁਨੀਆ ਜਾ ਰਹਾ ਵਿੱਚ ਚਲੇ ਉਸਦਾ ਨਾ ਕੋਈ ਨਹੀਂ ਹੁੰਦਾ ਨਾ ਕੋਈ ਨਹੀਂ ਹੁੰਦਾ ਤੇ ਦੁਨੀਆ ਇੱਕ ਮੁਸਾਫਰਖਾਨਾ ਭਾਈ ਲਿਆਕਤ ਇਹ ਦੁਨੀਆ ਇੱਕ ਮੁਸਾਫਰ ਖਾਨਾ ਓ ਇੱਕ ਆਵੇ ਇੱਕ ਜਾਵੇ ਕਿਸੇ ਦੀ ਕੀ ਹੈ ਮੁਜਾਲ ਮੁਹੰਮਦ ਇੱਥੇ ਪੱਕੇ ਡੇਰੇ ਲਾਵੇ ਤੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਮੇਰੀ ਨਾ ਤੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਵੇਰ ਮਿੱਟੀ ਦੀ ਤੇਰੀ ਬੜੇ ਬੜੇ ਸੂਰਮੇ ਵੇਖੇ ਨਹੀਂ ਜੇ ਆਪਣੇ ਹੱਥਾਂ ਵਿੱਚੋਂ ਗੁਜ਼ਾਰੇ ਜੇ ਹਾਂ ਅੱਥਾ ਜੀ ਹਾਂ ਤੇ ਵਾਰੀ ਆਪਣੀ ਵੀ ਨੂੰ ਆਈ ਏ ਦੀਗਰ ਤੇ ਜ਼ਿੰਦਗੀ ਆ ਔਰ ਕਿਨੂੰ ਡੋਬੀ ਜਾਣਾ दुश्मन मरे त ख़ुशी न कर सजना बि मार ड ते द मोहम ते औणक नू डुब जा